तनवीर होए जी, कुत्ता ठीक वदे? ठीक वदे जी। हाँ, मैं गया था प्याम पिछ जरा डुबला थी गया ही। खुराक घट की थी आते? खुराक बात मैं हूँ 11 किलो घ्यो तो खलवा गया ते आप खलवाए। घ्यो तो खा दे लेकिन मालूम नहीं होगा। हाँ, गल ये कि अभी उन्हें शौक की थी ते असा शौक की थी। तित्तर थी गए, कुकुड़ थी गए, कुत्ते थी गए, ये सानू औलाद तो ही प्यार हैं। हाँ, देखना हूँ इसकी दिल्ली के बिचू नस्ल मंगवाई आई असा, बस असा तेन सदवाए भाई इसका तू ख्याल करा। डॉक्टर शरणवर नु दिखवाए, उस तू बाद इसका पूछ ला काम करावना, अरे डेकोरेशन उत्ते बनावनी से। हाँ, ना गल ये कि अच्छा हूँ तकरीबन इसते मेरे ख्याल है इससे मैं रोजा वाले महीने च 2 लाख तो लग गया उसी। 2.5-3 लाख लग गए। कुछ और लवाओ? 50,000 और लवाओ। 50 लसाओ चाहूँ नवी करवा देवाओ। हणुआ तो ठीक है से, तो अखी बनवा आ जाएगी। हाँ, अखी तो ना मेरिया कोई हिन ना इस दिया कुछ हिन गाले नहीं है भाई, सही चंगी है शिना। हाँ, बा को जकात वाले ना ना आए खले बंदे आए खलो ते कुत्ते ने फारुक से वहां तो पहले फारे जी नहीं लग गए। अगले माह रमजान है जदी सा। हाँ, दिसा अच्छा फिर अच्छा गी अशना ने निहाल ना ते युका। हाँ शर्बू ए, पता नहीं कुत्ती दा बच्चा रा किथे वेंदे। ओ शर्बू कुत्ती दा बच्चा चबल दा बच्चा ये ले जो तेनु सड़े ते तू नहीं आंदा। ਆਂਦਾ ਪਿਆ ਜੀ ਆਂਦਾ ਪਿਆ ਬੂਏ ਤੇ ਆਇਆ ਗਿਆ ਥੀਆ ਖਲੋਤਾ ਤੇ ਉਹਨਾਂ ਨੂੰ ਬਣਾਉਣ ਗਿਆ ਬੂਏ ਤੇ ਉਹਨਾਂ ਨੂੰ ਆ ਕੋਣੀ ਆ ਜ਼ਕਾਤ ਕੋਣੀ ਆ ਅਕ ਮਲਕ ਸਾਹਿਬ ਬਿਮਾਰ ਪੈਣ ਮੈਂ ਉਹਨਾਂ ਦੇ ਦਾ ਮੈਂ ਕਿ ਮਲਕ ਸਾਹਿਬ ਤੁਹਾਨੂੰ ਕਿੱਥੋਂ ਜ਼ਕਾਤ ਦੇ ਸੋ ਕੁੱਤੇ ਤੇ ਲਵਾਂ ਜਾਂ ਹੁਣ ਬੰਦੋ ਤੇ ਲਵਾਂ ਮੈਂ ਦੱਸ ਗਰੀਬ ਗੁਰਬਾ ਚੱਬਲ ਲੋਕ ਸਮਝ ਮੈਂ ਨਹੀਂ ਆਂਦੀ ਰੋਜ਼ਾਂ ਚ ਪਿੰਨ ਵਾਲੇ ਲੋਕ ਮੀਂਹ ਵਾਲੀ ਦੇ ਵਿੱਚ ਵਰਤ ਪਾਉਣੇ ਨੇ ਉਹ ਕੰਮ ਲੈਣ ਕਿ ਤੈਂ ਕੋਲ ਮੰਗਉਣਾ ਨੇ ਹਾਲਾਂਕਿ ਤੇ ਆਪਣੇ ਖਰੇ ਤਾਲੇ ਮੁੰਗਰਿਆ ਰੋ ਕੇ ਮੈਂ ਆਦਾ ਪਿਆ ਜੀ ਭਜਾਇਆ ਹਮਨੇ ਭਜਾਇਆ ਹਮਨੇ ਭਜਾਇਆ ਹਮਨੇ ਤੇ ਵਨ ਮਨ ਟੂਟੂ ਨੂੰ ਫੋਨ ਕਰਕੇ ਦਾ ਇਲਾਜ ਵੀ ਕਰਾਂ ਜਜਾ ਕੰਬਦਾ ਕਿਉਂ ਪੀਏ ਕੰਬਦਾ ਨਹੀਂ ਕਿ ਓ ਸਟਾਰਟ ਖਲੇ ਚਬੁਲ ਦਾ ਬੱਚਾ ਬੂਲ ਤੇ ਪੁੱਟਾ ਹੱਥ ਮਾਰ ਦਈ ਮੈਂ ਤਾਂ ਦਾ ਵਾਈਬ੍ਰੇਸ਼ਨ ਤੇ ਲਗਾ ਖਲੇ ਅਗਰ ਤੇਰੀ ਮਾਂ ਦੀ ਅੱਖੀਆਂ ਨਾ 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 ਮੈਂ ਕੱਢ ਦਾ ਤੇਨੇ ਭਜਾੜ ਤਾਂ ਵਿਭਾ ਇਥੇ ਸੱਚੀ ਨਾ ਮਲਕ ਸਾਹਿਬ ਅੰਮਾ ਸਲਾਮ ਹੀ ਦੇਂਦੀ ਪਈਆਂ ਨੇ ਤੇਰੀ ਅੰਮਾ ਵੀ ਬਾਦਮੀ ਆਇਆ ਆਦੀ ਪਈ ਆਈ ਹੈ ਕਿ ਮਾਂ ਮੈਂ ਨਾ ਕੇ ਕੋ ਫਰੂਟ ਹੀ ਗਿਰਾ ਦੇ ਮਾਮਾ ਦੀ ਗੱਲ ਨਾ ਕਿਓ ਸੁਸ ਉਸ ਨਾ ਕਿਓ ਸੀ ਪਤਾ ਨਹੀਂ ਸਾਂ ਤਾਂ ਮਾਮਾ ਦੇਸੀ ਵੱਦੀ ਏ ਓਏ ਮੈਂ ਤੂੰ ਇਹ ਦੇ ਸਾ ਤੁਸਾਂ ਗਰੀਬ ਲੋਕ ਅੱਗੇ ਕਿ ਨਹੀਂ ਫਰੂਟ ਖਾ ਦੇਣ ਇਹ ਫਰੂਟਾਂ ਦੀ ਗੱਲ ਕਰਨ ਦਿਓ ਦੁੱਖ ਬਿਆਨ ਆ ਕਰਨ ਦਿਓ ਰੋਜ਼ਾਂ ਦੇ ਵਿੱਚ ਜ਼ਕਾਤ ਦਿਓ ਸਾਡੇ ਰਿਜ਼ਕ ਨੇ ਕੁੱਕੜ ਨੇ ਬਿੱਲੇ ਨੇ ਸਾਡੇ ਨੌਕਰ ਨੇ ਕੀ ਵਤਨ ਵੀਰਾ ਇੰਜੇ ਗੱਲ ਹੈ ਜੀ ਹਾਂ 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 ਤੁਹਾਡੇ ਨੌਕਰ ਨੇ ਤੇ ਤੁਹਾਡੀ ਇਸ ਵਾਸਤੇ ਪੈਂਪਰ ਖਿਲਣੇ ਉਹ ਜਿਹੜੇ ਤੁਹਾਡੇ ਵਾਸਤੇ ਆਨ ਪੈਂਪਰ ਬੁੱਤੇ ਮਰਾਈਆਂ ਨੇ ਮੈਂ ਤਾਂ ਖੁਦਾ ਦਾ ਬੰਦਾ ਹਾਲਾਤ ਦੀ ਖਿਦਮਤ ਕੀਤੀ ਕਰ ਪਿੰਨੀ ਨਾ ਪਿੰਨੀ ਤੇਰਾ ਪਿਉ ਚੰਗੀ ਨਾ ਪੈਂਦਾ ਹੁੰਦਾ ਆਈ ਕੜਾਕੇ ਕੱਢ ਦਿੰਦਾ ਆਈ ਤੇ ਲਗਾ ਅਗੂ ਤੇ ਲਗਾ ਕੋ ਅਗੂ ਤੇ ਮਮਨੂ ਇਲਾਕਾ ਕੁੱਤੀ ਦਾ ਬੱਚਾ ਇਨਸਾਨ ਦਾ ਬੱਚਾ ਬਣਾ ਕਰ ਇੰਜੇ ਕਰੋ ਤੂੰ ਮੈਨੂੰ ਇਹ ਦੱਸਾ ਵੀ ਕਿਹੜੀ ਮਸੀਹ ਤੇ ਜੱਜ ਰੋਜ਼ਾ ਖੁੱਲਸੀ ਫਰੂਟ ਚੰਗਾ ਹੋਸੀ ਪਤਾ ਨਹੀਂ ਜੀ ਅਫਤਾਰੀ ਦਾ ਤਾਂ ਨਹੀਂ ਪਤਾ ਤੇਹਿਕ ਜਾ ਤੇ ਅਮੀਰ ਨਵਾਜ਼ ਵਾਲੇ ਪੰਪ ਤੇ ਦੇਖਾਂ ਉੱਥੇ ਮੈਂ ਗਿਆ ਉੱਥੇ ਲੈਣੇ ਲੱਗਿਆ ਖਲੀਆਂ ਮੈਂ ਲੈਣ ਚ ਲੱਗਾ ਅੱਲਾ ਕੀਤਾ ਜਿਹੜਾ 40 ਜੇਬੇ ਚ ਵਦਾਈ ਹੋਈ ਕਾ ਕਾਰਡ ਖੜੇ ਇੰਜੇ ਕਰਨਾ ਆਪ ਹੀ ਕੀਤੀਆਂ ਕੁਛ ਮੇਰੇ ਕਰਨ ਵੀ ਤੇ ਗੱਲ ਇੰਜੇ ਭਾਈ ਇੰਜੇ ਤਾਂ ਨਹੀਂ ਬਚਤਾ ਥੀ ਨਹੀਂ ਆ ਨਾ ਇੰਜੇ ਯਾਰ ਗੱਲ ਹੈ ਜੀ ਅੱਛਾ ਹੋਰ ਖੈਰ ਮੇਰੇ ਅੱਲਾ ਦਾ ਕਰੋ ਮੈਂ ਤੇ ਤੁਹਾਡੇ ਹਾਂ ਦੇ ਕੁੱਤੇ ਫੇਲ ਨਾਂ ਥਾ ਦੇਗੇ ਆ ਠੀਕ ਆ ਯਾਨ ਬਾਤ ਖੁਦ ਸੈਕੁਲਾ ਲਾ ਜਵਾਲ ਪਵਾਇਆ ਹੈ ਹੱਲਾ ਤਾਂ ਹੋਰ ਖੈਰ ਮੇਰੇ ਅੱਲਾ ਦਾ ਕਰੋ ਮੈਂ ਗਰਦਨ ਘਟਾਣਾ ਜੀ ਆ ਨਾ ਗਰਦਨ ਜਰੇ ਨਾ ਆਰਾਮ ਨਾਲ ਗੋਲ ਆਰਾਮ ਨਾਲ ਇਨਸਾਨ ਦਾ ਬੱਚਾ ਬਣ ਇਨਸਾਨ ਦਾ ਬੱਚਾ ਬਣ ਮੈਂ ਤਾਂ ਦਾ ਕੰਡਾ ਲੈਨੇ ਪੋਇਆ ਦਾ ਤਾਂ ਜੀ ਬੂ ਤੇ ਮਾਰ ਜਾਈਓ ਕੰਡਾ ਪੋਇਆ ਜਾਈ ਕੋ ਮੈਂ ਕੋਈ ਆ ਅੱਛਾ ਹੁਣ ਗੱਲ ਸੁਣ ਜੀ ਜੀ ਈਦ ਦੇ ਮੌਕੇ ਤੇ ਇਹ ਰਹਿਣਾ ਲੋਕ ਫਿਤਰਾਣੇ ਕਰਨਾ ਸੀ
ਇਹ ਜਗਾਉਣ ਵਾਲੇ ਮੇਰਾ ਸੀ ਆਸਨ ਮੈਂ ਯਾਦ ਪਿਛਲੀ ਦਾ ਦਾ ਨਾ ਹੀ ਹਵੇਲੀ ਚ ਨਵਰ ਨੇਵੇਂ ਮੈਂ ਯਾਦ ਜਲੇ ਪਿਛਲੀ ਦਾ ਮੇਰਾ ਸੀ ਆਇਆ ਹੀ ਹਾਂ ਬੂਹੇ ਤੇ ਆਇਆ ਪੈਸੇ ਮੰਗਣ ਤੇ ਤੁਸਾਂ ਆ ਕੇ ਵਾਂਝ ਬੂਹੇ ਤੇ ਕੌਣ ਮੈਂ ਕੀ ਮੈਂ ਕ ਮੇਰਾ ਸੀ ਆਇਆ ਕੱਲੇ ਤੇ ਤੁਸਾਂ ਕੋ ਡਾਂ ਕਾ ਡਾਣਾ ਕਿਸ ਨੂੰ ਪਤਾ ਹੀ ਹੈ ਮੈਂ ਬਿਮਾਰ ਆ ਰੋਜ਼ਾ ਨਹੀਂ ਰੱਖਦਾ ਯਾਦ ਦੇ ਬੰਦੇ ਪੂਰੀ ਦੁਨੀਆ 2 ਵਜੇ ਉੱਠਿੰਦੀ ਹੋ 12 ਵਜੇ ਆ ਖੜੋਂਦਾ ਤੱਕ ਕੰਨਾ ਕਿੱਦਾਂ ਕਿੱਦਾਂ ਕੰਨਾ ਕਿੱਦਾਂ ਕਿੱਦਾਂ ਉਜਾ ਜਿਹੜੇ ਮੈਂ ਰੋਜ਼ਾ ਨਹੀਂ ਰੱਖਣਾ ਤੇ ਉੱਠੇਂਦਾ ਮੈਨੂੰ ਮਾਂ ਕਹਣੇ ਹਾਂ ਉਸ ਨੂੰ ਪਤਾ ਕੋਲੇ ਤੇ ਦੂਜੀ ਗੱਲ ਹੈ ਜੀ ਸਾਧ ਬੜਾ ਸੋਹਣਾ ਵਗਾ ਤੇ ਮੈਂ ਤਾਂ ਦੇ ਕੋਹਾਉ ਤੁਸੀਂ ਖੰਦਾ ਨਹੀਂ ਇਨਸਾਨ ਦਾ ਬੱਚਾ ਬਣਾ ਕਰ ਸਾਡੇ ਘਰ ਦਾ ਮੁਲਾਜ਼ਮ ਹੈ ਤੇਰੀ ਮਾਂ ਜੱਗ ਚਣਾਉਣਾ ਤਾਂ ਫਾ ਚਲੇ ਵਾਏ ਮੁਰਲੀ ਦਾ ਬੱਚਾ ਮੇਰੀ ਮਾਂ ਤਾਂ ਬਹੁ ਨਾ ਨਚਾ ਕਰੋ ਜੀ ਬਿਮਾਰ ਆਂਦੀ ਹੈ ਸ਼ੋਦੀ ਅੰਮਾ ਤੇ ਜਿੰਨ ਨੇ ਜਿੰਨ ਨੇ ਤੇ ਉਸ ਤੇਰੀ ਅੰਮਾ ਤੇ ਭੂਤ ਭੂਤ ਬਲਕਿ ਭੂਤ ਨਹੀਂ ਦੇ ਪਤਾ ਨਹੀਂ ਉਹ ਮੈਂ ਯਾਦ ਕਿ ਪਤਾ ਨਹੀਂ ਭੂਤ ਹੈ ਕਿ ਕੋ ਭੂਤ ਨਹੀਂ ਦੇ ਅੱਛਾ ਗੱਲ ਸੁਣ ਨਾ ਇਨਸਾਨ ਦਾ ਬੱਚਾ ਕਾ ਬੜਾ ਕਾ ਅੱਜ ਕੱਲ ਟੋਕਾ ਤੂੰ ਮੇਰੇ ਤੇ ਬਹੁ ਮਰੇ ਨਾ ਤੇ ਮੈਂ ਤੇਰੇ ਤੇ ਇਹ ਬਹੁ ਛੋੜ ਦੇਦਾ ਨਾ ਮੈਂ ਤੁਹਾਡੇ ਤੇ ਟੋਕਾ ਨਾ ਮਰੇਂਦਾ ਜੀ ਟੋਕਾ ਨਾ ਮਰੇਂਦਾ ਉਹਨੇ ਤੁਹਾਡੇ ਮੂੰਹ ਉਹਨੇ ਤਸੀ ਲੈ ਲਈ ਆ ਰੇ ਤੇ ਟੋਕਾ ਦਾ ਮੈਂ ਨਾ ਮਰੇਂਦਾ ਜੀ ਉਹ ਅੱਲਾ ਦੇ ਬੰਦਾ ਸਾਂ ਗਰੀਬ ਗੁਰਬ ਨਾਲ ਚੰਗੇ ਹੋਵਾਂ ਵਾ ਸਸਤੇ ਬਾਜ਼ਾਰ ਵਿੱਚ ਬਸ ਕੀ ਕੋ ਹਾਲ ਹੈ ਫਰੂਟ ਤੇ ਜ਼ਕਾਤ ਲੈਣ ਤੇ ਇਹ ਚੀਜ਼ਾਂ ਲੈਣ ਦਾ ਕੋਈ ਹਾਲ ਹੀ ਕੋਈ ਗਰੀਬ ਅੱਜ ਕੱਲ ਹੀ ਨਹੀਂ ਕਿੱਥੇ ਯਾਰ ਗੱਲ ਗਰੀਬ ਦੀ ਕਿਹੜੀ ਜ਼ਿੰਦਗੀ ਹੈ ਜੀ ਕੱਪਾ ਹੈ ਦਵਾਣਾ ਬਾਜ਼ਾਰ ਦੇ ਦਿਓ ਘਰ ਪਾਣੀ ਪੀਣੇ ਸਾਨੂੰ ਹੈਦਾ ਥੀ ਵੇਂਦੇ ਹੈਦਾ ਥੀ ਵੇਂਦੇ ਗਰੀਬ ਦੀ ਕਿਹੜੀ ਜ਼ਿੰਦਗੀ ਹੁਣ ਕੱਲ ਤੂੰ ਸਾਂ ਤੇ ਅਸਾਂ ਬਾਜ਼ਾਰ ਗਏ ਗਏ ਜੇ ਲੈ ਸੇਬ ਦਾ ਰੇਟ ਪੁੱਛੇ ਜੇ ਲੈ ਮੈਂ ਜੇਬ ਵਿੱਚ ਪਾਇਆ ਸੇਬ ਭੁੱਲ ਕੇ ਜੇਬ ਵਿੱਚ ਨਹੀਂ ਪਾਇਆ ਸੇਬ ਵਾਲੇ ਜੇ ਲੈ 300 ਰੁਪਏ ਕਿਲੋ ਹੈ ਤੇ ਇੱਕ ਦਵਾ ਤੇ ਤੂੰ ਇੰਨੇ ਕਾਰ ਖਲਿਓ ਮੈਂ ਕਿ ਕੋ ਕੁਲਾਂ ਵਾਲੀ ਦਰਦ ਪੋ ਗਈ ਨੇ ਕਿ ਪਤਾ ਨਹੀਂ ਕਿੱਥੇ ਗਈ ਹੈ ਉਹ ਤਾਂ ਤੁਸਾਂ ਮੈਂ ਦੱਸਿਆ ਕਿ ਰੇਟ ਥੋੜ ਕੇ ਤੇ ਮੇਰੇ ਕਿ ਚਿਣੋਂ ਨਿਕਲ ਗਈ ਇੱਥੋਂ ਮੇਰੀ ਗੱਲ ਸੁਣ ਨਾ ਅਸਾਂ ਜਿਹੜੇ ਮਲਕ ਪਠਾਣ ਆ ਨਾ ਗੱਲ ਇੰਨੀ ਕਿ ਅਸਾਂ ਪੈਸਾ ਸਾਡੇ ਮਾਂ ਪਿਓ ਨਾ ਇੰਨੇ ਨਹੀਂ ਕਮਾਇਆ ਹਾਂ ਦੇਖ ਨਾ ਇਹ ਹੁਣ ਤੇਰੀ ਮਾਂ ਦੀ ਅੱਖੀਆਂ ਜਮਾ ਤੇ ਨਾਲ ਤੇ ਤਨਵੀਰਾ ਥੀ ਗਿਆ ਤੇ ਨੇ ਤੇ ਮੈਂ ਇਹ ਚੀਜ਼ ਲਿਖੀ ਹੈ ਹਾਂ ਇਸ ਕੁੱਤੇ ਇਸ ਕੁੱਤੇ ਵਾਸਤੇ ਪਤੇ ਕਿਤੇ ਕਿਤੇ ਫੋਨ ਆਇਆ ਕਿੱਥੋਂ ਆਇਆ ਅਚਾਉ ਲਈ ਦਖਲ ਵੀ ਦਾ ਆਇਆ ਤੋਬਮ ਤੋਬਮ ਵਿਸ਼ਾਨ ਰੋਖੜੀ ਦਾ ਮੈਂ ਕਿ ਤੈਨੂੰ ਵਾਲ ਪਟ ਕੇ ਨਾ ਦੇਵਾਂ ਬੂ ਚੁਲਦਾ ਅੱਲਾ ਲੋ ਵੀ ਅੱਲਾ ਉਸ ਤੋਂ ਬਾਅਦ ਇਹ ਤੁਕੀਰਾ ਨਹੀਂ ਜਰਾ ਫੁਕੇ ਖੈਲ ਕਿਸਤਾਲਾ ਉਹ ਗੱਡੀ ਦੇਂਦਾ ਅੱਜ ਮੈਨੂੰ ਦੇ ਬਦਲੇ ਗੱਡੀ ਨਾ ਦੇਂਦਾ ਤੇ ਗੱਡੀ ਦੇ ਤਲੇ ਤੋਂ ਦੇ ਉਹ ਕੁੱਤੇ ਮਾਰ ਦੇ ਕੁੱਤੀ ਦਾ ਬੱਚਾ ਤਲੇ ਇਹ ਕੁੱਤਾ ਕੋਮ ਚੀਜ਼ ਨਹੀਂ ਦੇਖ ਸਹੀ ਹੈ ਤੇ ਇਹ ਬੰਦਾ ਕੌਣ ਬੇਟਾ ਮੁਲਾਜ਼ਮ ਹੈ ਆਪਣਾ ਤਨਵੀਰਾ ਇਹ ਅੱਗੇ ਮੈਂ ਕਦੇ ਨਹੀਂ ਜਿੱਠਾ ਮਾਸ਼ਾਅੱਲਾ ਬੜਾ ਸੋਹਣਾ ਆਦਮੀ ਹੈ ਜੀ ਵਾਲ ਇੰਨੇ ਲੱਗਦੇ ਪਾ ਜਿਹਨੇ ਬੁਕਾਇਣ ਨਹੀਂ ਹੁੰਦੀ ਬੁਕਾਇਣ ਡਾਕਟਰ ਆਮਿਰ ਕੋਲ ਇਲਾਜ ਕਰਵਾ ਕਰ ਇਹ ਸੋਹਣਾ ਤਾਂ ਬਤ ਮੈਂ ਤਾਂ ਕਹੂਰ ਹਾਂ ਉਹ ਸੂਰ ਦਾ ਬੱਚਾ ਇੰਨੇ ਤਾਂ ਮੈਂ ਵੀ ਚਾਹਨਾ ਬਾਤ ਮੇਰੀ ਮਾਂ ਯਾਦ ਹੀ ਚਾਹਨੇ ਮੇਰਾ ਪੁੱਤਰ ਭਾਵੇਂ ਨਾ ਪਾਏ ਹੀ ਗੱਲ ਇਹ ਅਗੂ ਈਦ ਪਈ ਆਉਂਦੀ ਹੈ ਕਾਲੀ ਕੁਰਤੀ ਸਿਵਾ ਭੇਜੋ ਗੱਲ ਇਹ ਕਿ ਅਸਾਂ ਜਿਹੜੇ ਮਲੁਕ ਤੇ ਪਠਾਣ ਤੇ ਪੈਸੇ ਵਾਲੇ ਲੋਕ ਆ ਇਹ ਅਗਰ ਅਸਾਂ ਸਿੱਧੀਆਂ ਤੇ ਥੀ ਵਿਆ ਨਾ ਤਾਂ ਗਰੀਬ ਗੁਰਬਾ ਕੋਈ ਵੀ ਨਰਾਸੀ ਕਤਰਾ ਲੰਬੇ ਥੀ ਵਾ ਤਾਂ ਘੁਟਾ ਨਹੀਂ ਆ ਰਹੇ ਜੀ ਹਾਂ ਤੁਹਾਨ ਮੈਂ ਕਤਰਾ ਘੁਟਾ ਹੀ ਹਾਂ ਯਾਰ ਮੌਲੀ ਮਸਲਾ ਪਿਆ ਕਰੇਂਦਾ ਆਈ ਭਾਈ ਅਗਲੇ ਜਹਾਨ ਹਕੂਕੁਲ ਇਬਾਦ ਇਨਸਾਨਾਂ ਦੇ ਹਕੂਕਾਂ ਦਾ ਥੀ ਸੀ ਇਹ ਯਾਰ ਗੱਲ ਜੀ ਤੁਹਾਡਾ ਹਿਸਾਬ ਤੇ ਤਰਾ ਦਿਹਾੜੇ ਨਾ ਮੁਕਸੀ ਅੱਲਾ ਦੇ ਹੁਕਮ ਨਾਲ ਜਿਹੜਾ ਦੁੱਧ ਚ ਪਾਣੀ ਮਿਲੈਂਦੇ ਹੋ ਅੱਛਾ ਗੱਲ ਇਹ ਹੈ ਭਾਈ ਮੈਂ ਅੱਲਾ ਦੇ ਅਗੂ ਮਾਫੀ ਮੰਗਣਾ ਤੇ ਆਖਰੀ ਰੋਜ਼ ਹੀ ਰੱਖੇ ਸਾਂ ਜੀ ਹਾਂ ਤੇ ਜਿਹੜੀ ਕਣਕ ਥਈ ਜਾਣੀ ਇਸ ਵਾਸਤੇ ਕਣਕ ਜੀ ਦਾਣਾ ਮਾਰਾ ਗਏ ਜੀ ਹਾਂ ਇਹ ਗਰੀਬ ਬੰਜ ਵਰਤਾ ਤਨਵੀਰ ਜੀ ਗਰੀਬ ਬੰਜ ਵਰਤਾ ਉਸ ਤੋਂ ਬਾਅਦ ਮੇਰੇ ਮਾਰਾ ਹਾਂ ਸੋਣਾ ਮੈਂ ਇਹ ਕਿਤਨੇ ਲੱਖ ਕੁੱਤੇ ਤੇ ਲਾ ਗਿਆ ਤੇ ਗਰੀਬਾਂ ਤੇ ਨਾ ਠੀਕ ਆ ਜੇ ਪਿਓ ਜੀ ਗਰੀਬਾਂ ਦਾ ਖਿਆਲ ਕਰਨਾ ਚਾਹੀਦਾ ਚੰਦਾ ਦੇਵਣਾ ਚਾਹੀਦਾ ਹੁਣ ਕੱਲ ਮੈਂ ਮਸੀਤ ਗਿਆ ਜੀ ਅਗਲੀ ਸਾਹਿਬ ਵਿੱਚ ਬੈਠਾ ਮੈਨੂੰ ਚੰਦੇ ਵਾਲੀ ਟੋਕਰੀ ਆਈਏ ਤਾਂ ਮੈਂ ਇੰਨੇ ਬੈਠਾ ਤੇ ਪਿੱਛੂ ਛੋਰ ਬੈਠਾ ਉਸ ਮੈਨੂੰ ਹੱਥ ਮਾਰੇ ਮੈਂ ਕਿਹਾ ਜੀ ਭਾਈ ਉਸ ਨੇ 1000 ਵਾਲਾ ਮੈਨੂੰ ਦਿੱਤਾ ਮੈਂ ਯਾਰ ਸੋਹਣਾ ਗਿਣ ਕੇ ਤੇ ਟੋਪੀ ਛੱਡ ਗਿਆ ਤੇ ਮੈਂ ਕਿਹਾ ਭਾਈ ਅੱਲਾ ਕਬੂਲ ਕਰੇ ਬੜਾ ਨੇਕ ਆਦਮੀ 1000 ਰੁਪਇਆ ਦਿੱਤਾ ਹਾਂ ਹਾਂ ਅਗੂਆ ਮੇਰ ਪੈ ਦੇ ਕਿ ਭਾਈ ਅੱਲਾ ਤੇਰਾ ਕਬੂਲ ਕਰੇ ਮੈਂ ਕਿਹਾ ਮੇਰਾ ਕਿੰਜ ਮੈਂ ਤੇ ਰੁਪਇਆ ਹੀ ਨਹੀਂ ਦਿੱਤਾ ਅਕੇ ਲਾਲਾ ਤੇਰਾ ਜੇਬ ਵਿੱਚ 1000 ਵਾਲਾ ਡੱਟਾ ਪਈ ਹੁਆ ਚਾਹ ਕੇ ਦਿੱਤਾ ਭਾਈ ਤੇਰੇ ਤੇ ਚੰਦਾ ਦਿੱਤੀ ਖੜਾ ਹਾਂ ਲੇਕਿਨ ਤੂੰ ਜੇ ਰਹਿ ਨਾ ਮਸੀਤ ਦੀ ਚੱਪਲ ਚਾਉਣ ਵਾਲਾ ਅੱਛਾ ਗੱਲ ਇਹ ਹੈ ਗੱਲ ਇਹ ਕਿ ਅੱਲਾ ਕੀ ਤਾਂ ਮਲਕ ਸਾਹਿਬ ਹੁਣ ਸਿਹਤ ਤੁਹਾਡੀ ਵੱਲੋਂ ਲੱਗ ਗਈ ਮੈਂ ਤਾਂ ਵੱਲੋਂ ਲੱਗ ਗਈ ਜੀ ਹੌਲੀ ਹੌਲੀ ਵੱਲਦੀ ਪਈ ਤੁਹਾਡੀ ਸਿਹਤ ਵੱਲਦੀ ਪਈ ਹੈ ਕਿ ਨਾ ਕਿਉਂ ਨਾ ਪੈਣੇ ਉਹ ਮੈਂ ਇਹ ਨਾ ਕਿ ਪੈਣ ਪੈਣਾ ਬਈ ਸਿਹਤ ਤੁਹਾਡੀ ਹੁਣ ਵੱਲੋਂ ਲੱਗ ਗਈ ਨੇ ਹੌਲੀ ਹੌਲੀ ਸੀ ਤੂੰ ਸਾਡਾ ਜੀ ਪੁੱਤਰੇ ਮਾਰਾ ਇਸ ਗੱਲ ਕੋਣੀ ਅੱਛਾ ਗੱਲ ਇਹ ਹੈ ਉਹ ਕੋ ਲੱਗਦਾ ਧਰੰਗਾ ਮਰਾਦ ਅੱਛਾ ਗੱਲ ਇਹ ਹੈ
بیمار آ نہ مارا تین پتہ ہے جڑے امیر لوگ ان کوٹھیاں والے انہاں نو اچھی روٹی نصیب نہیں کچیاں سبزیاں کھانے نہیں غریباں دے میدے بھی ٹھیک ہیں اج تو میں عہد کرے نا کہ زکات وی دے ساں غریب غربے نال تاون وی کرے ساں میں جتنے پیسے کتے تے لا گیا پورے محلے تے بہو این یار گل ہے میں یہ گل ہن توانوں اللہ دے اگوں میں معافی منگنا تو ہی معافی مانگ تو چنگی صلاح دے ویا تے میں اے روزاں دے وچ کتنے اللہ واسطے روزے کھلوا ونجا حالے کچھ نہیں گیا میری جیتی جتنے لوگ بھی ہیں پیسے والے اللہ واسطے دیونا چاہیے ایتھا ایک شاکر رکھا انہاں غریب دار دار دھکے کھاندے ودن امیراں دے کتے کارا چ باندھے ودن باندھے ودن دعا کرو دعا کرو کہ اللہ تعالی ساڈے امیراں نو پیسے والے نو ہدایت دے وے شرم دے وے جتنے کتاں تے گائیاں تے ککڑاں تے لینے آ او غریباں تے لواں آ تے ساڈے پاکستان وچ تبدیلی آ ونجا یہ اساں تبدیلی آپ نہ آنے دے عمران شودا کتے ایک بندہ کتے کار سکدا جی ایک ایک تے دو یار ہیں دوستو اگر ہماری ویڈیوز اچھی لگے تو اپنی رائے ضرور دیجئے گا اور ہر ہفتے ایک نیو ویڈیو دیکھنے کے لیے ہمارا چینل سٹار اسٹوڈیو جوہر آباد ضرور سبسکرائب کریں اور گھنٹی کے نشان پر کلک کریں تاکہ ہر نئی آنے والی ویڈیو کا میسیج آپ دوستوں تک پہنچ سکے اپنا ڈھیر سارا خیال رکھیے گا اللہ حافظ